ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਤੇ ਕੁਝ ਖਾਸ ਟਿੱਪਣੀਆਂ ਕਰਨ ਦੇ ਲਈ ਕੁਝ ਖਾਸ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਮਾਫ਼ ਕਰਨਾ, ਸਵਾਗਤ ਹੈ ਜੀ ਪੰਜਾਬੀ ਰੇਡੀ ਯੂਐਸਏ ਦੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰਦੇ ਚੱਲ ਗਏ ਸਪੌਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਵਰਡ ਕੈਲੀਫੋਰਨੀਆ ਦੀ ਬਾਬਤ ਜੇਕਰ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਤਾਂ ਇਹਨਾਂ ਦੇ ਨਾਲ ਅੱਜ ਹੀ ਸੰਪਰਕ ਕਰੋ 408-272-2500 ਤੇ। ਟਿਰਕੀ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਿਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੋਰਨੀ ਟਿਰਕੀ ਇਹਨਾਂ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀ ਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਭਾਵਲਾ ਇੰਡੀਅਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ, ਜੀ ਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਓਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੰਤਾ ਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ, ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਫਰਜ਼ੀ ਵੀਜ਼ਾ ਕਾਂਡ ਤੋਂ। ਸੁਣਦੇ ਹਾਂ ਵੀ ਇਸ ਕਾਂਡ ਦੇ ਵਿੱਚ ਹੁਣ ਕਈ ਗ੍ਰਿਫਤਾਰੀਆਂ ਹੋਈਆਂ ਨੇ ਜੀ। ਬਿਲਕੁਲ, ਇਹ ਇਸ ਵੇਲੇ ਦੇਖੋ ਪੰਜਾਬ ਦੇ ਵਿੱਚ ਤਾਂ ਘੱਟ ਹੈ ਪਰ ਨੈਸ਼ਨਲ ਲੈਵਲ ਤੇ ਕਾਫੀ ਵੱਡੀ ਖਬਰ ਆ ਉਰੇ ਇੰਡੀਆ 'ਚ। ਕਿਉਂਕਿ ਹੋਇਆ ਕੀ ਸੀਗਾ ਕਿ ਕੁਛ ਮਾਮਲੇ ਇਸ ਤਰ੍ਹਾਂ ਦੇ ਨਿਕਲੇ, ਖਾਸ ਤੌਰ ਤੇ ਗੁਰਦਾਸਪੁਰ ਤੇ ਪਟਿਆਲੇ ਤੋਂ, ਕਿ ਜਿੱਥੇ ਵੀਜ਼ੇ ਲਵਾਏ ਗਏ ਸਨ ਫਰਾਂਸ ਦੇ, ਤਾਂ ਜਦੋਂ ਉਹ ਉੱਥੋਂ ਹਵਾਈ ਅੱਡੇ ਤੋਂ ਚੜ੍ਹਨ ਲੱਗੇ ਤਾਂ ਉੱਥੇ ਉਹਨਾਂ ਨੂੰ ਰੋਕ ਲਿਆ ਗਿਆ, ਫਿਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਗਾਂਹ ਕੀ ਬਣਿਆ ਉਹ ਤਾਂ ਪਤਾ ਨਹੀਂ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਗਿਆ ਜਾਂ ਹਾਲੇ ਵੀ ਉਹ ਹਿਰਾਸਤ ਦੇ ਵਿੱਚ ਨੇ। ਪਰ ਇਹ ਮਾਮਲਾ ਕੁਛ ਹਫ਼ਤੇ ਪਹਿਲਾਂ ਜਦੋਂ ਇਹ ਪ੍ਰਕਾਸ਼ ਦੇ ਵਿੱਚ ਆਇਆ, ਸੁਰਖੀਆਂ ਦੇ ਵਿੱਚ ਆਇਆ, ਤਾਂ ਹੜਕੰਪ ਮੱਚ ਗਿਆ। ਕਿਉਂਕਿ ਉਹ ਵੀਜ਼ੇ ਜਿਹੜੇ ਸੀਗੇ, ਹੈ ਤਾਂ ਬਿਲਕੁਲ ਮਤਲਬ ਕਿ ਜਿੱਦਾਂ ਕਹਿ ਲਓ ਅਸਲੀ ਵਰਗੇ ਸਾਰਾ, ਪਰ ਉਹ ਵੀਜ਼ੇ ਐਕਚੁਅਲ ਦੇ ਵਿੱਚ ਉਹ ਨਕਲੀ ਸੀ, ਫਰਜ਼ੀ ਸੀਗੇ। ਜੀ ਜੀ। ਜਦ ਜਾਂਚ ਪੜਤਾਲ ਅੱਗੇ ਵਧੀ ਤਾਂ ਮਾਮਲਾ ਕੁਛ ਮਤਲਬ ਕਿ ਇਸ ਤਰ੍ਹਾਂ ਹੋਇਆ ਕਿ ਇੱਕ ਬਾਹਰ ਬੈਠਾ ਬੰਦਾ ਜਿਹੜਾ ਆ ਉਹ ਇਹਦਾ ਮਾਸਟਰ ਮਾਈਂਡ ਸਮਝਿਆ ਗਿਆ। ਉਹਨੇ ਕੀ ਹੈ ਕਿ ਇਤਫਾਕਨ ਕਹਿ ਲਓ ਕਿ ਜਾਂ ਪਤਾ ਨੀ ਕੀ ਕਹਾਣੀ ਹੈ ਜਾਂ ਕੁਛ ਹੋਰ ਵੀ ਹੋ ਸਕਦਾ, ਪਰ ਬਾਅਦ ਦੇ ਵਿੱਚ ਨੇਪਾਲ ਵਾਇਆ ਜਦੋਂ ਉਹਨੇ ਐਂਟਰੀ ਮਾਰੀ ਕੁਛ ਦਿਨ ਬਾਅਦ ਤਾਂ ਉਹਨੂੰ ਫੜ ਲਿਆ ਗਿਆ ਸੀਗਾ। ਉਸ ਤੋਂ ਬਾਅਦ ਫਿਰ ਅਗਲੀਆਂ ਕੜੀਆਂ ਜਿਹੜੀਆਂ ਉਹ ਜੁੜੀਆਂ, ਕਿਉਂਕਿ ਇਹ ਮਾਮਲਾ ਜਿਹੜਾ ਉਹ CBI ਕੋਲ ਚਲੇ ਗਿਆ। ਤੁਹਾਨੂੰ ਪਤਾ ਨਾ ਕਿ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ, ਮੰਤਰੀ ਪੱਧਰ ਦਾ ਮਾਮਲਾ ਹੁੰਦਾ ਹੈ, ਫਿਰ ਉਹ ਸੈਂਟਰਲ ਏਜੰਸੀਆਂ ਹੀ ਨਜਿੱਠਦੀਆਂ ਨੇ। ਤਾਂ ਜਦੋਂ CBI ਦੇ ਜਾਂਚ ਕੀਤੀ ਆ ਤਾਂ ਹੁਣ ਅੱਗੇ ਗਾਂਹ ਮਤਲਬ ਕਿ ਹੋਰ ਵੀ ਕਹਾਣੀ ਤੁਰਦੀ ਨਜ਼ਰ ਆਉਂਦੀ ਹੈ ਕਿ ਦਿੱਲੀ, ਪਟਿਆਲਾ, ਗੁਰਦਾਸਪੁਰ, ਜੰਮੂ ਕਈ ਥਾਈਂ ਛਾਪੇ ਪੈ ਰਹੇ ਨੇ। ਤਾਂ ਸਮਝਿਆ ਜਾ ਰਿਹਾ ਵਾ ਕਿ ਜੋ ਫਰਾਂਸ ਦਾ ਦੂਤ ਘਰ ਹੈ ਇੱਥੇ, ਜੋ ਉਹਨਾਂ ਦੀ ਜਿਵੇਂ ਆਪਾਂ ਪੰਜਾਬੀ ਚ ਕਹਿ ਲੈਂਦੇ ਹਾਂ ਅੰਬੈਸੀ ਕਹਿ ਲਓ, ਤਾਂ ਜਿਹੜੀ ਇੱਥੇ ਆ ਉਹਦੇ ਵਿੱਚ ਕੰਮ ਕਰਦੇ ਦੋ ਉਹਨਾਂ ਦੇ ਅਧਿਕਾਰੀ ਵੀ ਸ਼ਾਮਲ ਆ। ਤੇ ਵੱਡਾ ਮਾਮਲਾ ਇਸ ਕਰਕੇ ਹੋ ਜਾਂਦਾ ਹੈ। ਆਮ ਤੌਰ ਤੇ ਦੇਖਦੇ ਹਾਂ ਕਿ ਫਰਜ਼ੀਵਾੜੇ ਚੱਲਦੇ ਨੇ, ਜਗਾੜ ਚੱਲਦੇ ਨੇ, ਪਰੰਤੂ ਇੱਥੇ ਮਾਮਲਾ ਇਸ ਕਰਕੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ ਹੈ ਕਿਉਂਕਿ ਇਹਦੇ ਚ ਕੰਮ ਕਰਨ ਵਾਲੇ ਦੋ ਅਧਿਕਾਰੀਆਂ ਦੀ ਪਛਾਣ ਵੀ ਹੋਈ ਹੈ, ਸ਼ੁਭਮ ਸ਼ੌਕੀਨ ਤੇ ਆਰਤੀ ਮੰਡਲ। ਇਹ ਮਤਲਬ ਕਿ ਉੱਥੇ ਕੰਮ ਕਰਦੇ ਸੀਗੇ। ਤਾਂ ਇਹ ਕੰਮ ਕਰਨ ਵਾਲੇ ਜਿਹੜੇ ਆ ਉਹ ਹੁਣ ਪਤਾ ਨੀ ਵੀ ਕਿਸ ਅਹੁਦੇ ਤੇ ਕੰਮ ਕਰਦੇ ਸੀ ਜਾਂ ਵੈਸੇ ਹੀ ਅੰਬੈਸੀ ਦੇ ਵਿੱਚ ਗਏ ਨੇ, ਪਰ ਕੁਛ ਮੀਡੀਆ ਰਿਪੋਰਟਾਂ ਕਰ ਰਿਹਾ ਕਿ ਕਰਮਚਾਰੀ ਨੇ। ਜੀ ਜੀ। ਤਾਂ ਖੈਰ ਇਹ ਦੇਖੋ ਗੱਲ ਕੀ ਹੈ ਕਿ ਹੁਣ ਜਦੋਂ ਇਹ ਮਾਮਲਾ ਅੱਗੇ ਵੱਧ ਰਿਹਾ ਹੈ ਤਾਂ ਪਤਾ ਨੀ, ਤਿੰਨ ਕੰਪਨੀਆਂ ਦਾ ਤਾਂ ਆ ਗਿਆ ਜ਼ਿਕਰ ਕਿ ਉੱਥੇ ਤਿੰਨ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਹੋਇਆ ਸਾਰਾ ਫਰਜ਼ੀਵਾੜਾ। ਹੋਰ ਹੋ ਸਕਦਾ ਕਿ ਅੱਗੇ ਵੀ ਕੁਛ ਕੇਸ ਜਿਹੜੇ ਜੁੜ ਜਾਣ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੰਮੂ ਕਸ਼ਮੀਰ ਤੱਕ ਛਾਪੇਮਾਰੀ ਹੋ ਰਹੀ ਹੈ ਇਸ ਮਾਮਲੇ ਚ। ਇਹ ਕਹਾਣੀ ਹੈ ਟੋਟਲ। ਵੈਸੇ ਜੇ ਤੁਸੀਂ ਦੇਖੋ ਕਿ ਫਰਜ਼ੀਵਾੜਾ ਬਹੁਤ ਜ਼ਿਆਦਾ ਹੋ ਰਿਹਾ, ਬੀਤੇ ਦਿਨ ਕੀ ਹੋਇਆ ਕਿ ਇੱਧਰ ਪਠਾਨਕੋਟ ਵਾਲੀ ਸਾਈਡ ਇੱਕ ਕਾਲਜ ਦੇ ਵਿੱਚ ਦੋ ਬੰਦੇ ਯਾਨੀ ਦੋ ਸਟੂਡੈਂਟ ਬੱਚੇ ਕਹਿ ਲਓ ਉੱਥੇ ਜਾਂਦੇ ਨੇ, ਤੇ ਜਿਹੜਾ ਹੁੰਦਾ ਨਾ ਲੈਟਰ ਆਫ ਰੈਕਮੈਂਡੇਸ਼ਨ ਉਹ ਲੈਣ ਗਏ ਕਾਲਜ ਤੋਂ,
ਜੀ ਜਦੋਂ ਕਾਲਜ ਤੋਂ ਲੈਣ ਗਿਆ ਤਾਂ ਜਿਹੜਾ ਉਹ ਕਲਰਕ ਸੀ ਜਾਂ ਜੋ ਵੀ ਭਾਈ ਸਾਹਿਬ ਉੱਥੇ ਕੰਮ ਕਰਦਾ ਸੀ ਚੇਅਰ ਤੇ, ਜਦ ਉਹਨੇ ਉਹ ਮਾਰਕਸ਼ੀਟਾਂ ਸਰਟੀਫਿਕੇਟ ਡਿਗਰੀ ਤੇ ਅਧਿਕ ਦੇਖੇ ਆ ਤਾਂ ਉਹਦਾ ਸਿਰ ਚੱਕਰਾ ਗਿਆ ਕਿ ਉਸੇ ਹੀ ਕਾਲਜ ਦੇ ਸਾਰੇ ਦਸਤਾਵੇਜ਼ ਨੇ ਪਰ ਉਹਦੇ ਤੋਂ ਜਾਰੀ ਨਹੀਂ ਹੋਏ। ਅੱਛਾ ਜੀ ਜੀ ਉਹਦਾ ਸਿਰ ਚੱਕਰਾ ਗਿਆ। ਉਹਨੇ ਜਦੋਂ ਫਿਰ ਮੁੰਡਿਆਂ ਨੂੰ ਪੁੱਛਿਆ ਕਿ ਹਾਂ ਬਾਈ ਤੁਸੀਂ ਇੱਥੇ ਪੜ੍ਹੇ ਹੋ, ਕੀ ਹਿਸਾਬ ਕਿਤਾਬ ਆ, ਕੀ ਗੱਲਬਾਤ ਆ, ਮਤਲਬ ਕਿ ਰੌਲਾ ਪੈ ਗਿਆ। ਉਹਨੇ ਸਾਰੇ ਡਾਕੂਮੈਂਟ ਰੱਖ ਕੇ ਉੱਥੇ ਉਹਨਾਂ ਨੇ ਮਤਲਬ ਦੋਨੇ ਮੁੰਡੇ ਠੱਲ ਲਏ, ਮੁੰਡੇ ਉਲਟਾ ਗੱਲ ਪੈ ਗਏ ਜੀ। ਕਾਲਜ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ, ਉਹਨਾਂ ਆਖਿਆ ਕਿ ਅਸੀਂ ਪੈਸੇ ਦਿੱਤੇ ਨੇ ਫਲਾਂ ਏਜੰਟ ਨੂੰ, ਤੁਸੀਂ ਕਿਵੇਂ ਰੋਕ ਸਕਦੇ ਹੋ ਸਾਡਾ ਲੈਟਰ ਜੀ ਜੀ ਜੀ। ਕਮਾਲ ਦੀ ਗੱਲ ਹੋਈ ਕਿ ਜਦ ਛਾਪਾ ਪਿਆ ਉਹਨੂੰ ਤਾਂ ਫੜ ਲਿਆ ਪੁਲਿਸ ਵਾਲਿਆਂ ਨੇ ਉੱਥੇ, ਜਿਹੜੇ ਦੋਵੇਂ ਸੀ ਬਾਹਰ ਜਾਂਦੇ ਜਾਂਦੇ ਅੰਦਰ ਚਲੇ ਗਏ, ਤੇ ਜਿਹੜੇ ਉਹ ਮਤਲਬ ਕਿ ਛਾਪੇ ਮਾਰ ਕੇ ਉੱਥੇ ਜਦੋਂ ਉਹਨਾਂ ਨੇ ਕਾਗਜ਼ਾਤ ਜਿਹੜੇ ਕਾਗਜ਼ਾਤ ਸੀਗੇ ਉਹ ਖੰਘਾਲੇ ਜਾ ਕੇ ਦਫ਼ਤਰ ਦੇ ਵਿੱਚ, ਉੱਥੇ ਕੀ ਹੈ ਕਿ ਹਿਸਾਬ ਲਾ ਲਓ ਕਿ ਦਫ਼ਤਰ ਚੱਲ ਰਿਹਾ ਹੈ। ਇੱਕ ਕੁੜੀ ਵਿਚਾਰੀ ਉਹ ਵੀ ਬੀ ਐਡ ਕੀਤੀ ਹੋਈ ਆ ਕੁੜੀ ਨੇ, ਉਹ ਕਹਿੰਦੀ ਮੈਨੂੰ ਤਾਂ 2 ਮਹੀਨੇ ਪਹਿਲਾਂ ਜੋਬ ਮਿਲੀ, ਉਹਨੂੰ ਹਿਰਾਸਤ ਚ ਲਿਆ, ਸ਼ਾਮ ਨੂੰ ਅਦਾਲਤ ਨੇ ਜ਼ਮਾਨਤ ਦਿੱਤੀ। ਉਹ ਕਹਿੰਦੀ ਮੈਂ ਤਾਂ ਅਣਜਾਣ ਆ, ਮੈਂ ਤਾਂ ਜੋਬਲੈਸ ਸੀਗੀ, ਜਦਕਿ ਉਹ ਵੀ ਸਾਰਾ ਫਰਜ਼ੀ ਵਰਡਾ ਇੱਕ ਆਸਟ੍ਰੇਲੀਆ ਬੈਠਾ ਬੰਦਾ ਚਲਾ ਰਿਹਾ ਸੀ ਹਿਸਾਬ ਨਾਲ। ਓ ਅੱਛਾ, ਉਹ ਇਸ ਕਰਕੇ ਇਹ ਬੜੇ ਮਾਮਲੇ ਜਿਹੜੇ ਇੱਥੇ ਵਧੇ ਪਏ ਨੇ। ਤਾਂ ਇਹ ਜਿਹੜਾ ਫਰਜ਼ੀ ਵੀਜ਼ਾ ਸਕੈਮ ਆ ਇਹਦੇ ਤਾਰ ਵੀ ਪੰਜਾਬ ਨਾਲ ਜੁੜੇ ਆ, ਪਰ ਜਿਵੇਂ ਮੈਂ ਕਿਹਾ ਕਿ ਦਿੱਲੀ ਤੋਂ ਲੈ ਕੇ ਜੰਮੂ ਤੱਕ ਛਾਪੇ ਵੱਜ ਰਹੇ ਨੇ। ਹੁਣ ਇਸ ਸਕੈਮ ਦੀ ਜੜ ਕਿੱਥੋਂ ਤੱਕ ਇਹ ਤਾਂ ਕਹਿਣਾ ਹਾਲੇ ਔਖਾ, ਪਰ ਗ੍ਰਿਫਤਾਰੀਆਂ ਕੁਛ ਹੋਈਆਂ ਨੇ। ਜੀ ਜੀ ਮਿੰਟੂ ਜੀ, ਤੁਸੀਂ ਅਕਸਰ ਹੀ ਕਈ ਗੱਲਾਂ ਦੇ ਵਿੱਚ ਕਿਸੇ ਥਾਂ ਤੇ ਢੁੱਕਵੀਆਂ ਸਤਰਾਂ ਕਿਸੇ ਫਿਲਮ ਦੇ ਡਾਇਲੋਗ ਦੀਆਂ ਜਾਂ ਗਾਣੇ ਦੀਆਂ ਵਰਤ ਰਹਿੰਦੇ ਆ। ਕੁਲਦੀਪ ਮਾਨਕ ਸਾਹਿਬ ਨੇ ਕਿਹਾ ਵੀ ਇੱਕ ਵਾਰੀ ਖੁੰਝਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਅਕਾਲੀ ਦਲ ਵਧੇਗਾ ਹੁਣ ਪੰਥਕ ਏਜੰਡੇ ਨਾਲ ਅੱਗੇ? ਹਾਂ ਦੇਖੋ ਗੱਲ ਇਹ ਆ ਕਿ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਮਾਂ ਜਿਹੜਾ ਨਾ ਇੱਕ ਵਾਰੀ ਆਪਾਂ ਵਿਆਹ ਲੈਂਦੇ ਹਾਂ, ਸਮਾਂ ਜਦੋਂ ਲੰਘ ਜਾਂਦਾ ਫਿਰ ਉਸ ਸਮੇਂ ਨੂੰ ਹਾਸਲ ਕਰਨਾ ਬਹੁਤ ਔਖਾ ਹੋ ਜਾਂਦਾ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਪਰ ਯਤਨ ਕਰਨ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਯਤਨ ਕਰਨੇ ਉਹਨਾਂ ਦੇ ਹੱਕ ਅਧਿਕਾਰ ਦੇ ਖੇਤਰ ਚ ਨੇ। ਹੁਣ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ, ਤੁਹਾਨੂੰ ਪਤਾ ਜਥੇਬੰਦਕ ਢਾਂਚਾ ਬਈ ਇਹਨਾਂ ਨੇ ਦੁਬਾਰਾ ਬਣਾਇਆ, ਪੁਨਰ ਸੁਰਜੀਤੀ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਤਾਂ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕੱਲ ਆਪਣੀ ਮੀਟਿੰਗ ਕੀਤੀ ਆ, ਹਾਈ ਲੈਵਲ ਦੀ ਮੀਟਿੰਗ ਸੀ ਕੋਰ ਕਮੇਟੀ ਦੀ, ਇਹ ਪਹਿਲੀ ਮੀਟਿੰਗ ਸੀ ਨਵੀਂ ਕੋਰ ਕਮੇਟੀ ਦੀ। ਹੁਣ ਤਾਂ ਇਹਨਾਂ ਨੇ ਅਯਾਲੀ ਸਾਹਿਬ ਨੂੰ ਵੀ ਲੈ ਲਿਆ, ਤੁਹਾਨੂੰ ਪਤਾ ਹੋਏਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਨੂੰ ਵੀ ਲੈ ਲਿਆ। ਤਾਂ ਮਤਲਬ ਕਿ ਕੋਸ਼ਿਸ਼ ਕਰਨ ਦੇ ਵਿੱਚ ਤੇ ਰੁੱਝੇ ਹੋਏ ਨੇ ਕਿ ਅਸੀਂ ਯਤਨ ਕਰੀਏ। ਤਾਂ ਕੋਰ ਕਮੇਟੀ ਦੀ ਜਿਹੜੀ ਪਲੇਠੀ ਮੀਟਿੰਗ ਹੋਈ ਆ ਉਹਦੇ ਚ ਕਿਤੇ ਨਾ ਕਿਤੇ ਦੇਖੋ ਚਰਚਾਵਾਂ ਹੀ ਨਿਕਲ ਕੇ ਆਉਂਦੀਆਂ ਨੇ ਕਿ ਆਹ ਚਰਚਾ ਹੋਈ ਆ, ਏਜੰਡੇ ਤੇ ਚਰਚਾ ਹੋਈ ਆ, ਕਿਉਂਕਿ ਕੋਰ ਕਮੇਟੀ ਦੀ ਮੀਟਿੰਗ ਕਾਫੀ ਅਹਿਮ ਹੁੰਦੀ ਆ। ਮਤਲਬ ਕਿ ਉੱਥੋਂ ਸਾਰਾ ਏਜੰਡਾ ਤੈਅ ਕੀਤਾ ਜਾਂਦਾ ਕਿ ਪਾਰਟੀ ਕਿਸ ਤਰ੍ਹਾਂ ਅੱਗੇ ਵਧੇਗੀ, ਕਿਸ ਦਿਸ਼ਾ ਨੂੰ ਅਸੀਂ ਜਾਣਾ ਹੈ, ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ। ਨੰਬਰ ਇੱਕ ਤੇ ਇਹ ਸਾਹਮਣੇ ਆ ਰਿਹਾ ਵਾ ਕਿ ਸੁਖਬੀਰ ਸਿੰਘ ਬਾਦਲ ਜੋ ਲਾਅ ਐਂਡ ਆਰਡਰ ਦੀ ਇਸ ਵੇਲੇ ਪਰਿਸਥਿਤੀ ਹੈ ਕਿ ਜਿੱਦਾਂ ਹੁਣ ਕਾਰੋਬਾਰੀ ਹੈ ਜੀ, ਤੁਹਾਨੂੰ ਪਤਾ ਕਾਰੋਬਾਰੀ ਤਬਕਾ ਸਾਰਾ ਹੀ ਦੁਖੀ ਹੋਇਆ ਪਿਆ ਹੈ, ਬੜਾ ਔਖਾ ਹੋ ਗਿਆ ਇੱਥੇ ਕੰਮ ਕਰਨਾ। ਤਾਂ ਉਹ ਜੋ ਰੰਗਦਾਰੀ ਲਈ ਕਾਲਾਂ ਆਉਂਦੀਆਂ ਨੇ, ਵਸੂਲੀ ਵਾਸਤੇ ਧਮਕੀਆਂ ਆਉਂਦੀਆਂ ਨੇ, ਕਿਸ ਮੁੱਦੇ ਨੂੰ ਚੁੱਕਿਆ ਜਾਵੇ ਤਾਂ ਕਿ ਕਾਰੋਬਾਰੀ ਮਤਲਬ ਕਿ ਹੁਣ ਦੇਖੋ ਭਾਜਪਾ ਇਹਨਾਂ ਦੇ ਨਾਲ ਸੀਗੀ ਤਾਂ ਸ਼ਹਿਰੀ ਵੋਟਰ ਦਾ ਫਿਕਰ ਘੱਟ ਸੀਗਾ। ਸਹੀ ਬਿਲਕੁਲ। ਹੁਣ ਤੇ ਹੁਣ ਤਾਂ ਉਹ ਜਿਵੇਂ ਗਾਣਾ ਹੈ ਨਾ, ਹਮ ਦੋਨੋਂ ਅਲੱਗ ਅਲੱਗ, ਹਮ ਦੋਨੋਂ ਜੁਦਾ ਜੁਦਾ, ਹੁਣ ਤਾਂ ਅਲੱਗ ਅਲੱਗ ਤੇ ਜੁਦਾ ਜੁਦਾ ਨੇ। ਗੱਲ ਇਹ ਕਿ ਸ਼ਹਿਰ ਦੇ ਵਿੱਚ ਪੈਠ ਬਣਾਉਣ ਦਾ ਇਹ ਵੀ ਇੱਕ ਤਰੀਕਾ ਹੈ, ਜਾਂ ਕਹਿ ਲਓ ਕਿ ਕਾਰੋਬਾਰੀ ਜਗਤ ਦੇ ਵਿੱਚ, ਕਾਰੋਬਾਰੀ ਤਬਕੇ ਦੇ ਵਿੱਚ ਜਦੋਂ ਤੁਸੀਂ ਕੋਈ ਭਰੋਸਾ ਜਿੱਤਣਾ ਹੈ ਤਾਂ ਫਿਰ ਤੁਹਾਨੂੰ ਉਹਨਾਂ ਦੇ ਨਾਲ ਖਲੋਣਾ ਪਵੇਗਾ, ਕਿਉਂਕਿ ਪੰਜਾਬ ਦੀ ਰਾਜਨੀਤੀ ਚ ਕਾਰੋਬਾਰੀ ਦੀ ਜਾਂ ਛੋਟੇ ਕਾਰੋਬਾਰੀ ਦੀ ਅੱਜ ਕੱਲ ਕੋਈ ਬਾਹ ਨਹੀਂ ਫੜ ਰਿਹਾ, ਕਿਉਂਕਿ ਉਹਨਾਂ ਦਾ ਵੋਟ ਬੈਂਕ ਸ਼ਹਿਰ ਤੱਕ ਮਹਦੂਦ ਹੈ, ਸੀਮਤ ਆ। ਤੋ ਇਹ ਆ ਕਿ ਜੇ ਮੰਨ ਲਓ ਅਕਾਲੀ ਦਲ ਇੱਧਰ ਵੱਧਦਾ ਤਾਂ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਸ਼ਾਇਦ ਉਹ ਸ਼ਹਿਰੀ ਵੋਟ ਜਿਹੜੀ ਅੱਜ ਮਤਲਬ ਕਿ ਉਡੀਕ ਰਹੀ ਹੈ ਕਿ ਸਾਡੇ ਨਾਲ ਕੌਣ ਖਲੋਂਦਾ ਹੈ, ਤਾਂ ਸ਼ਾਇਦ ਉਹਨੂੰ ਪ੍ਰਭਾਵਿਤ ਕਰ ਸਕਦੇ। ਨੰਬਰ ਇੱਕ। ਨੰਬਰ ਦੋ ਕਿ ਪੰਥਕ ਏਜੰਡਾ, ਕਿ ਆਮ ਤੌਰ ਤੇ ਧਾਰਨਾ ਹੈ, ਪਰਸੈਪਸ਼ਨ ਹੈ ਕਿ ਅਕਾਲੀ ਦਲ ਬਾਦਲ ਪੰਥਕ ਮੁੱਦਿਆਂ ਤੋਂ ਉਖੜ ਗਿਆ ਹੈ ਜੀ, ਤੇ ਉਹਦੀ ਸੱਤਾ ਚ ਜੇ ਵਾਪਸੀ ਹੋ ਸਕਦੀ ਹੈ ਤਾਂ ਉਹ ਪੰਥਕ ਏਜੰਡੇ ਤੇ ਕੰਮ ਕਰਕੇ ਹੋ ਸਕਦੀ ਹੈ, ਜੋ ਉਹਦੀ ਕਹਿ ਲਓ ਕਿ ਰੂਹੇ ਰਵਾਂ ਜਿਵੇਂ ਆਪਾਂ ਕਹਿ ਦਿੰਦੇ ਹੈ। ਇਹ ਵੀ ਸੋਚ ਵਿਚਾਰ ਦੱਸਦੇ ਆ ਕਿ ਹੋਈ ਆ, ਕਿਉਂਕਿ ਉੱਥੇ ਬੜੇ ਪੁਰਾਣੇ ਆਗੂ ਹੈਗੇ ਨੇ
ਇਹਨਾਂ ਦੇ ਕੋਰ ਕਮੇਟੀ ਦੇ ਵਿੱਚ ਹਾਲੇ ਵੀ ਜਿੱਦਾਂ ਪੁੰਡੜ ਸਾਹਿਬ ਨੇ, ਨਿਸ਼ਿੰਦਰ ਕਰੇਵਾਲ ਨੇ, ਇਸ ਤੋਂ ਇਲਾਵਾ ਚੀਮਾ ਸਾਹਿਬ ਨੇ, ਵਲਟੋਆ ਸਾਹਿਬ ਨੇ, ਰਖੜਾ ਸਾਹਿਬ ਨੇ, ਗਾਬੜੀਆ ਸਾਹਿਬ ਨੇ, ਬੱਬੇ ਆਲੀ, ਲੋਧੀ ਨੰਗਲ। ਤੋ ਦੂਜਾ ਤੁਸੀਂ ਸ਼ਹਿਰਾਂ ਚ ਵੀ ਦੇਖੋਗੇ ਤਾਂ ਸ਼ਹਿਰੀ ਤਬਕੇ ਚ ਜਾਂ ਹਿੰਦੂ ਭਾਈਚਾਰੇ ਚ ਤਾਂ ਅਨਿਲ ਜੋਸ਼ੀ ਹੈਗੇ ਨੇ ਕੋਰ ਕਮੇਟੀ ਚ, ਭਾਜਪਾ ਦੇ ਪੁਰਾਣੇ ਲੀਡਰ ਐਨ ਕੇ ਸ਼ਰਮਾ ਹੈਗੇ ਨੇ ਇਹਨਾਂ ਦੇ। ਤੋ ਗੱਲ ਇਹ ਆ ਕਿ ਉਹ ਸਾਰੀ ਰਣਨੀਤੀ ਜਿਹੜੀ ਆ ਉਹ ਘੜੀ ਤਾਂ ਜਾ ਰਹੀ ਹੈ, ਜਿਵੇਂ ਮਤਲਬ ਕਿ ਕੁਛ ਸਕਾਲਰਸ਼ਿਪ ਜਿਹੜਾ ਅੱਗੇ ਆਉਂਦਾ ਸੀ ਉਹ ਬੰਦ ਹੋ ਗਿਆ ਘੱਟ ਗਿਣਤੀਆਂ ਨਾਲ ਸੰਬੰਧਿਤ, ਤਾਂ ਮਤਲਬ ਕਿ ਉਹ ਵੀ ਇਹਨਾਂ ਚੀਜ਼ਾਂ ਦਾ ਹਿੱਸਾ ਬਣਾਇਆ ਜਾ ਸਕਦਾ। ਤੋ ਖੈਰ ਇਹਨਾਂ ਨੇ ਜਿਹੜੀ ਗੱਲ ਓਫੀਸ਼ੀਅਲੀ ਆ ਕੇ ਦੱਸੀ ਆ ਜੀਵਾ ਸਾਹਿਬ ਨੇ, ਤਾਂ ਮਤਲਬ ਕਿ ਜੋ ਅੱਜ ਛਪੀ ਆ ਅਖਬਾਰਾਂ ਦੇ ਵਿੱਚ, ਉਹ ਕਹਿੰਦੇ ਆ ਕਿ 3 ਮੈਂਬਰੀ ਕਮੇਟੀ ਬਣਾਈ ਜਾਏਗੀ ਜੋ ਜ਼ਿਲ੍ਹੇ ਵਿੱਚ ਵਾਪਰੀ ਕਿਸੇ ਵੀ ਅਣਸੁਖਾਵੀ ਘਟਨਾ ਜੋ ਹੋਰ ਪੀੜਤ ਧਿਰਾਂ ਨਾਲ ਰਾਬਤਾ ਬਣਾਏਗੀ। ਆ ਗਈ ਨਾ ਉਹੀ ਗੱਲ, ਲਤੀਫਪੁਰਾ ਵਿੱਚ 70 ਸਾਲਾਂ ਤੋਂ ਰਹਿੰਦੇ ਲੋਕਾਂ ਨੂੰ ਉਜਾੜਿਆ ਗਿਆ ਤੇ ਹੁਣ ਆਪ ਲੀਡਰਸ਼ਿਪ ਮਾਫ਼ੀ ਮੰਗ ਰਹੀ ਤੇ ਗਰੀਬ ਨੂੰ ਮੁੜ ਵਸਾਉਣ ਦੀ ਗੱਲ ਕਰ ਰਹੇ ਹਨ। ਇੰਨੀ ਕਾਹਲੀ ਕਿਸ ਗੱਲ ਦੀ ਸੀ ਕਿ ਸਰਕਾਰਾਂ ਦਾ ਕੰਮ ਵਸਾਉਣਾ ਹੁੰਦਾ ਹੈ ਨਾ ਕਿ ਉਜਾੜਨਾ। ਮਤਲਬ ਕਿ ਉੱਧਰ ਵੀ ਆ ਗਿਆ ਤੇ ਨਾਲ ਆ ਗਿਆ ਘੱਟ ਗਿਣਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਮੌਲਾਨਾ ਆਜ਼ਾਦ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਦੇਣਾ ਬੰਦ ਕਰਨਾ, ਜਿਹੜਾ ਉਹਦੀ ਨਿਖੇਧੀ ਕੀਤੀ। ਮਤਲਬ ਕਿ ਇੱਥੋਂ ਇਸ ਸਟੇਟਮੈਂਟ ਤੋਂ ਥੋੜਾ ਥੋੜਾ ਏਜੰਡਾ ਉਹਨਾਂ ਦਾ ਸਾਫ਼ ਹੁੰਦਾ ਨਜ਼ਰ ਆ ਰਿਹਾ। ਖੈਰ ਗੱਲ ਸਮੇਂ ਤੋਂ ਤੁਸੀਂ ਛੇੜੀ ਸੀ, ਗੱਲ ਸਮੇਂ ਤੇ ਮੁੱਕਦੀ ਆ ਕਿ ਵਾਕਿਆ ਜੇ ਸਮਾਂ ਸੰਭਾਲਿਆ ਹੁੰਦਾ ਤੇ ਅੱਜ ਇਹਨਾਂ ਖਲਾਰਾ ਨਾ ਪੈਂਦਾ। ਪੰਥਕ ਏਜੰਡੇ ਦੇ ਵਿੱਚ ਵੀ ਤੁਹਾਨੂੰ ਪਹਿਲਾਂ ਪੰਥ ਨੇ ਸਵਾਲ ਹੀ ਕਰਨੇ ਨੇ ਸਭ ਤੋਂ ਪਹਿਲਾਂ। ਜੀ ਜੀ, ਤੁਹਾਨੂੰ ਬਹੁਤ ਸਾਰੇ ਘੱਟ ਗਿਣਤੀਆਂ ਦੇ ਮਾਮਲੇ ਚ ਵੀ ਸਵਾਲ ਹੋਣੇ ਆ, 370 ਤੋਂ ਲੈ ਕੇ ਬਹੁਤ ਸਵਾਲ ਹੋਣੇ ਨੇ ਤੁਹਾਨੂੰ। ਸੋ ਇਹ ਲੀਡਰਸ਼ਿਪ ਨੇ ਹੀ ਤੈਅ ਕਰਨਾ ਕਿ ਉਹਨੇ ਕਿਸ ਦਿਸ਼ਾ ਵੱਲ ਵਧਣਾ। ਪਰ ਜੋ ਪਿੱਛੇ ਕਰਕੇ ਆਈ ਆ ਲੀਡਰਸ਼ਿਪ, ਉਹਦੇ ਤੋਂ ਵੀ ਆਪਣੇ ਫੈਸਲਿਆਂ ਤੋਂ ਵੀ ਭੱਜ ਨਹੀਂ ਸਕਦੇ ਹੋ। ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਤੁਸੀਂ ਆਪਣੇ ਜੋ ਵੀ ਹੋ ਤੁਸੀਂ ਆਪਣੇ ਫੈਸਲਿਆਂ ਦੇ ਸਦਕਾ ਹੋ, ਜੀ ਚੰਗੇ ਹੋ ਜਾਂ ਮੰਦੇ ਹੋ। ਸੋ ਇਸ ਕਰਕੇ ਇਹਨਾਂ ਨੇ ਪੰਥਕ ਏਜੰਡੇ ਵੱਲ ਵਧਣਾ ਜੇ ਸ਼ੁਰੂ ਕੀਤਾ ਤੇ ਠੀਕ ਗੱਲ ਹੈ। ਮੈਂ ਤਾਂ ਕਹਿੰਦਾ ਕਿ ਬਿਲਕੁਲ ਅਕਾਲੀ ਦਲ ਬਾਦਲ ਸਹੀ ਢੰਗ ਦੇ ਨਾਲ ਸਹੀ ਮਤਲਬ ਕਿ ਦਿਸ਼ਾ ਵੱਲ ਵਧੇ ਤੇ ਵਧੀਆ ਖੇਤਰੀ ਪਾਰਟੀ ਹੈਗੀ, ਇਹਨਾਂ ਦਾ ਕੈਡਰ ਹੈ, ਸਹੀ ਸਾਡੇ ਮੁੱਦਿਆਂ ਦੀ ਗੱਲ ਕਰੇ। ਇਹ ਤੇ ਨੈਸ਼ਨਲ ਪਾਰਟੀ ਬਣਦੇ ਬਣਦੇ ਜਾਂ ਪੰਜਾਬੀ ਪਾਰਟੀ ਬਣਦੇ ਬਣਦੇ ਉਹ ਜਿਹੜੀ ਖਾਸੀਅਤ ਸੀ ਇਹਨਾਂ ਦੀ, ਉਹ ਜਿਹੜਾ ਖਾਸਾ ਸੀ ਤੇ ਜਿਹੜੀ ਲੋਕਾਂ ਦੇ ਵਿੱਚ ਮਤਲਬ ਕਿ ਉਸ ਪਾਰਟੀ ਪ੍ਰਤੀ ਇੱਕ ਬੜੀ ਜਿੱਦਾਂ ਕਹਿ ਲਈਏ ਕਿ ਅਪਣੱਤ ਵਾਲੀ ਭਾਵਨਾ ਸੀ, ਉਹ ਗੁਆ ਬੈਠੇ ਨੇ। ਉਹਨੂੰ ਦੁਬਾਰਾ ਹਾਸਲ ਕਰਨ ਵਾਸਤੇ ਬਈ ਠੀਕ ਹੈ ਤੁਹਾਨੂੰ ਕੁਛ ਕੰਮ ਤਾਂ ਕਰਨੇ ਪੈਣਗੇ, ਪਰ ਮੇਰਾ ਹਾਲੇ ਵੀ ਆਪਣਾ ਮੰਨਣਾ ਹੈ ਕਿ ਬਹੁਤ ਮੁਸ਼ਕਲ ਆ ਹਾਲ ਦੀ ਘੜੀ ਜਿਸ ਤਰ੍ਹਾਂ ਦੇ ਇੱਥੇ ਪੋਲੀਟੀਕਲੀ ਜਾਂ ਅੱਜ ਦੇ ਦੌਰ ਦੇ ਵਿੱਚ ਨੌਜਵਾਨਾਂ ਦੇ ਨਜ਼ਰੀਏ ਨੇ, ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੇ ਨਜ਼ਰੀਏ ਨੇ, ਬਹੁਤ ਔਖਾ ਹੈ। ਪਰ ਜਿਸ ਤਰ੍ਹਾਂ ਦੀ ਪਰਫਾਰਮੈਂਸ ਹੋ ਰਹੀ ਹੈ ਗੌਰਮੈਂਟ ਵੱਲੋਂ, ਚੈਨਲਾਂ ਤੇ ਮੁਕੱਦਮੇ, ਧਰਨੇ ਧਰਨੇ, ਲਾ ਐਂਡ ਆਰਡਰ, ਇਕਾਨਮੀ ਦੀ ਜੇ ਆਪਾਂ ਦੇਖੀਏ ਤਾਂ ਬੁਰੀ ਹਾਲਤ, ਕਰਜ਼ਾ ਹੀ ਕਰਜ਼ਾ, ਤਾਂ ਇਹ ਆ ਕਿ ਇਹ ਚੀਜ਼ ਥੋੜੀ ਜਿਹੀ ਤੁਹਾਨੂੰ ਆਸਵੰਦ ਕਰ ਦਿੰਦੀ ਹੈ ਵਿਰੋਧੀ ਧਿਰ ਵਿੱਚ ਹੁੰਦਿਆਂ ਕਿ ਹਾਂ ਇਹ ਫੇਲ ਕਰ ਰਹੇ ਆ ਤਾਂ ਸਾਡਾ ਟਾਈਮ ਆ ਸਕਦਾ। ਉਹ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਉਹ ਕੀ ਮੌਕਾ ਹੋਏਗਾ, 27 ਦਾ ਜਾਂ ਫਿਰ 32 ਚ ਚਾਹੀਦਾ, ਇਹ ਹੁਣ ਵੇਖਣਾ ਹੋਏਗਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਮਿੰਟੂ ਜੀ, ਖੇਡ ਕਿੱਟ ਘੁਟਾਲੇ ਦੀ ਜਾਂਚ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਜੀ। ਹਾਂਜੀ, ਦੇਖੋ ਇਹ ਚੰਨੀ ਸਰਕਾਰ ਦੇ ਮੌਕੇ ਤੇ ਇਹ ਜਿਹੜਾ ਮਾਮਲਾ ਖੇਡ ਕਿੱਟ ਘੁਟਾਲੇ ਵਾਲਾ ਸੀਗਾ ਉਹ ਕਾਫੀ ਚਰਚਿਤ ਹੋਇਆ, ਉਦੋਂ ਵੀ ਥੋੜੀ ਚਰਚਾ ਹੋਈ ਸੀਗੀ। ਇੱਕ ਯਾਦ ਹੋਣਾ ਤੁਹਾਨੂੰ ਜਦੋਂ ਮਾਡਲ ਕੋਡ ਆਫ ਕੰਡਕਟ ਲੱਗਾ ਸੀਗਾ, ਇੱਕ ਕੈਂਟਰੀ ਫੜਿਆ ਗਿਆ ਸੀਗਾ ਕਿੱਟਾਂ ਦਾ ਜਲੰਧਰ ਦੇ ਵਿੱਚ, ਉਹਦੇ ਵਿੱਚ ਮਤਲਬ ਕਿ ਫੋਟੋਆਂ ਤੱਕ ਲੱਗੀਆਂ ਹੋਈਆਂ ਸਨ ਇਹਨਾਂ ਦੀਆਂ। ਉਹ ਬਸ ਮਾਮਲਾ ਰਫਾ ਦਫਾ ਹੋ ਜਾਂਦਾ ਹੈ, ਇਹੋ ਜਿਹੇ ਮਾਮਲਿਆਂ ਦਾ ਕੁਛ ਨਹੀਂ ਬਣਦਾ। ਪਰ ਉਹ ਮਾਮਲਾ ਜਿਹੜਾ ਖੇਡ ਕਿੱਟਾਂ ਵਾਲਾ ਸੀਗਾ ਉਹ ਹਾਲੇ ਜਿਉਂਦਾ ਤਿਉਂ, ਉਹ ਮਤਲਬ ਕਿ ਮਾਮਲਾ ਜਿਹੜਾ ਫੜਿਆ ਗਿਆ ਉਹ ਨਹੀਂ ਚੋਣਾਂ ਦੇ ਦੌਰਾਨ। ਅਸਲ ਦੇ ਵਿੱਚ ਕੀ ਸੀਗਾ ਕਿ ਖੇਡ ਕਿੱਟਾਂ ਵਾਸਤੇ ਜੋ ਬੱਚਿਆਂ ਨੂੰ ਕਹਿੰਦੇ ਨੇ ਕਿ ਪੈਸੇ ਦਿੱਤੇ ਗਏ, 3000 ਰੁਪਏ ਪਾਏ ਗਏ ਸਨ ਪ੍ਰਤੀ ਕਿੱਟ ਉਹਨਾਂ ਦੇ ਖਾਤਿਆਂ ਚ, ਪਰ ਕੁਝ ਦਿਨ ਬਾਅਦ ਉਹ ਰਾਸ਼ੀ ਵਾਪਸ ਲੈ ਲਈ ਜਾਂਦੀ ਹੈ। ਹੁਣ ਦੇਖੋ ਜੀ ਜੀ, ਮਤਲਬ 3000 ਰੁਪਇਆ ਖਿਡਾਰੀਆਂ ਨੂੰ ਦੇ ਦਿੱਤਾ ਕਿੱਟ ਵਾਸਤੇ ਕਿ ਬੱਚੇ ਆ ਤੁਹਾਡੀ ਕਿੱਟ ਦਾ ਪੈਸਾ ਵਾ, ਬਾਅਦ ਚ ਉਹਨੂੰ ਕਿਹਾ ਕਿ ਲਿਆ ਪੈਸੇ ਵਾਪਸ ਦੇ, ਉਹ ਰਾਸ਼ੀ ਵਾਪਸ ਲੈ ਲਈ। ਤੇ ਇਹ ਨਹੀਂ, ਕੁਝ ਖਿਡਾਰੀਆਂ ਤੇ ਨੌਜਵਾਨਾਂ ਨੇ ਰਾਸ਼ੀ ਜਿਹੜੀ ਇੱਕ ਵਿਸ਼ੇਸ਼ ਫਰਮ ਨੂੰ ਦੇਣ ਲਈ ਕਿਹਾ, ਨੌਜਵਾਨਾਂ ਨੂੰ, ਖਿਡਾਰੀਆਂ ਨੂੰ, ਮਤਲਬ ਕਿ ਇੱਕ ਫਰਮ ਵਿਸ਼ੇਸ਼ ਨੂੰ ਕਿ ਇਹ ਜਿਹੜੀ ਪੈਸੇ ਵਾਲੀ ਰਾਸ਼ੀ ਹੈ ਤੁਹਾਡੀ, ਇਹਨੂੰ ਵਿਦਡਰਾਅ ਕਰਕੇ
ਤੁਸੀਂ ਇੱਕ ਫਰਮ ਨੂੰ ਦੇਣੀ ਹੈ ਜੀ। ਠੀਕ ਹੈ ਜੀ, ਉਸ ਫਰਮ ਨੂੰ ਦੇਣ ਲਈ ਕਿਹਾ ਗਿਆ ਜਿਸ ਕੰਪਨੀ ਮਤਲਬ ਜਾਂ ਫਰਮ ਤੋਂ ਖਿਡਾਰੀਆਂ ਲਈ ਕਿੱਟ ਲਈ ਗਈ, ਉਹ ਕੁਆਲਿਟੀ ਪੱਖੋਂ ਫਿਰ ਗਾਂ ਜਿਹੜੀ ਹੈ ਉਹ ਮਿਆਰੀ ਨਹੀਂ ਸੀ। ਤਾਂ ਸਮਝ ਗਏ ਨਾ ਕਿ ਗੇਮ ਕੀ ਆ, ਕਿ ਪਹਿਲੀ ਗੱਲ ਤੁਸੀਂ ਇਸ ਤਰ੍ਹਾਂ ਵਿਦਡਰਾਅ ਕਰ ਨਹੀਂ ਸਕਦੇ, ਫਿਰ ਕੋਈ ਟੈਂਡਰ ਤੋਂ ਵਗੈਰ ਜਾਂ ਠੀਕ ਹੈ ਨਾ ਕਿ ਸਾਰੀ ਪ੍ਰਕਿਰਿਆ ਤੋਂ ਵਗੈਰ ਤੁਸੀਂ ਏਦਾਂ ਕਿੱਦਾਂ ਕਰ ਸਕਦੇ ਹੋ, ਇੱਕ ਫਰਮ ਤੋਂ ਲਓ ਔਰ ਫਿਰ ਮਿਆਰ ਕੁਆਲਿਟੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਦੋਂ ਵੀ ਚਰਚਿਤ ਸਨ ਤੇ ਹੁਣ ਵੀ ਕਹਿ ਲਓ ਕਿ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ। ਤੇ ਇਹਦੇ ਵਿੱਚ ਕੀ ਹੋਏਗਾ ਕਿ ਚੰਨੀ ਸਾਹਿਬ ਹੁਣ ਬਾਹਰ ਬੈਠੇ ਥੀਸਿਸ ਲਿਖ ਰਹੇ ਨੇ, ਹਾਲ ਦੀ ਘੜੀ ਮਤਲਬ ਉਹਨਾਂ ਦੀ ਸਰਕਾਰ ਵੇਲੇ ਜੋ ਇਹ ਸਭ ਕੁਛ ਚੱਲਿਆ ਉਹ ਤਾਂ ਜਵਾਬ ਦੇ ਹਾਲੇ ਨਹੀਂ ਹੋਣਗੇ, ਉਹ ਥੀਸਿਸ ਲਿਖ ਰਹੇ ਨੇ ਤੇ। ਪਰ ਇੱਥੇ ਫਿਰ ਕੀ ਹੈ ਕਿ ਪ੍ਰਗਟ ਸਿੰਘ ਵਾਸਤੇ ਔਖਾ ਹੋ ਜਾਏਗਾ ਜੀ, ਕਿਉਂਕਿ ਪ੍ਰਗਟ ਸਿੰਘ ਉਦੋਂ ਮੋਰਚਾ ਸੰਭਾਲ ਰਹੇ ਸਨ ਜੇ ਆਪਾਂ ਦੇਖੀਏ ਖੇਡ ਵਾਲੇ ਮਾਮਲਿਆਂ ਦਾ ਜਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਸੀਗੀਆਂ। ਤੋ ਇਹ ਆ ਕਿ ਕਿਤੇ ਨਾ ਕਿਤੇ ਸਿਕੰਜਾ ਕੱਸਣ ਦਾ ਵੀ ਗਾਂ ਫਿਰ ਮਨ ਬਣਾਇਆ ਹੁੰਦਾ ਸਰਕਾਰਾਂ ਨੇ, ਕਿਉਂਕਿ ਨਿਗਮ ਦੇ ਇਲੈਕਸ਼ਨ ਆਉਣੇ ਨੇ। ਤਾਂ ਜਿੱਥੇ ਜਿੱਥੇ ਨਿਗਮ ਨੇ ਖਾਸ ਤੌਰ ਤੇ ਤੁਸੀਂ ਉੱਥੇ ਦੇਖੋਗੇ ਕਿ ਜ਼ਿਆਦਾ ਵਾਰ ਕੀਤੇ ਜਾ ਰਹੇ ਆ, ਚਾਹੇ ਉਹ ਲੁਧਿਆਣਾ ਹੋਵੇ, ਜਲੰਧਰ ਦੇ ਵਿੱਚ ਵਿਜੀਲੈਂਸ ਜਿਹੜੀ ਆ ਪੱਕੇ ਉੱਥੇ ਬਿਠਾ ਰੱਖੀ, ਢਾਬਿਆਂ ਤੇ ਖਾ ਕੇ ਹੀ ਚਲਾ ਤੇ ਹੋਣੇ ਮੈਨੂੰ ਲੱਗਦਾ ਕਿ ਬਈ ਰੋਟੀ ਪਾਣੀ ਇੱਥੇ ਖਾਓ ਤੇ ਇੱਥੇ ਹੀ ਪੈ ਗਿਆ ਕਰੋ, ਸਵੇਰੇ ਉੱਠ ਕੇ ਪੈ ਜਾਓ ਕਿਸੇ ਨਾ ਕਿਸੇ। ਜੀ ਬਿਲਕੁਲ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ SGPC ਦੀਆਂ ਸੰਸਥਾਵਾਂ ਦੀ। ਇਹ SGPC ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਮਿੰਟੂ ਜੀ, ਉਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਜੀ। ਹਾਂ ਜੀ, ਦੇਖੋ ਇਹ ਵਾਕਿਆ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਸੋਚਣ ਵਿਚਾਰਨ ਵਾਲੀ ਹੈ ਕਿ ਇਸ ਵੇਲੇ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਖਾਸੀਆਂ ਕਹਿ ਲਓ ਕਿ ਚਰਚਾਵਾਂ ਨੇ ਕਿ ਬਈ ਮਤਲਬ ਕਿ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਜਿਹੜੀ ਮੀਟਿੰਗ ਵੀ ਹੋਈ ਸੀਗੀ ਜਥੇਦਾਰਾਂ ਦੀ, ਤੇ ਉਹਦੇ ਚ ਅੰਤਰਰਾਸ਼ਟਰੀ ਮਿਆਰ ਦਾ ਸਿੱਖ ਐਜੂਕੇਸ਼ਨ ਬੋਰਡ ਤੇ ਕੌਮਾਂਤਰੀ ਪੱਧਰ ਦਾ ਸਿੱਖ ਬੈਂਕ ਬਣਾਉਣ ਦਾ ਨਿਰਣਾ ਵੀ ਲਿਆ ਗਿਆ ਸੀ। ਬਹੁਤ ਵੱਡੀਆਂ ਗੱਲਾਂ ਹੋਈਆਂ ਸੀ ਤੁਹਾਨੂੰ ਯਾਦ ਹੋਣਾ ਜੀ ਜੀ। ਪਰ ਦੂਜੇ ਪਾਸੇ ਜੋ ਮਤਲਬ ਕਿ ਗੱਲਾਂ ਨਿਕਲ ਕੇ ਆ ਰਹੀਆਂ ਹੈ ਕਿ ਵਿਦਿਅਕ ਸੰਸਥਾਵਾਂ, ਵਿਦਿਅਕ ਦੇਖੋ SGPC ਕੋਈ ਛੋਟੀ ਨਹੀਂ ਹੈ। ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਇੰਨਾ ਕ੍ਰਿਟੀਸਿਜ਼ਮ ਵੀ ਕਰਦੇ ਆ, ਸਾਨੂੰ ਦੋਵੇਂ ਪਾਸੇ ਦੇਖਣੇ ਚਾਹੀਦੇ। ਠੀਕ ਹੈ, ਉਹਨਾਂ ਦੇ ਪ੍ਰਬੰਧ ਚ ਮੈਂ ਨਹੀਂ ਕਹਾਂਗਾ ਕਿ ਕੋਈ ਕਮੀਆਂ ਨਹੀਂ ਹੈ, ਪਰ ਬਹੁਤ ਵੱਡਾ ਇੱਕ ਵਿਦਿਅਕ ਸੰਸਥਾਵਾਂ ਦਾ ਸਮੂਹ ਹੈ SGPC ਕੋਲ। ਇੱਕ ਯੂਨੀਵਰਸਿਟੀ ਹੈ, 38 ਕਾਲਜ ਹੈ, 52 ਸਕੂਲ ਹੈ, 4 ਐਜੂਕੇਸ਼ਨਲ ਟਰੱਸਟ ਹੈ, ਇੱਕ ਮੈਡੀਕਲ ਯੂਨੀਵਰਸਿਟੀ ਹੁੰਦੀ ਹੈ ਮੇਰੇ ਖਿਆਲ ਨਾਲ। ਤਾਂ ਗੱਲ ਇਹ ਆ ਕਿ ਹੁਣ ਇਹਦੇ ਵਾਸਤੇ ਤੁਹਾਨੂੰ ਬਹੁਤ ਵੱਡਾ ਬਜਟ ਚਾਹੀਦਾ ਹੈ ਨਾ ਜੀ। ਕੋਈ ਮਤਲਬ ਕਿ ਅੰਦਾਜ਼ਾ ਹੀ ਲਾ ਲਓ ਕਿ ਕੋਈ 200 ਕਰੋੜ 250 ਕਰੋੜ ਇਸ ਤਰ੍ਹਾਂ ਬਜਟ ਵੀ ਚਾਹੀਦੇ ਆ ਤੁਹਾਡੇ ਇਸ ਤਰ੍ਹਾਂ ਦੇ, ਜੇ ਤੁਸੀਂ ਵਿਦਿਅਕ ਸੰਸਥਾਨ ਜਿਹੜੇ ਉਹ ਰਨ ਕਰਨੇ ਨੇ। ਤਾਂ ਖੈਰ ਮਾਮਲਾ ਇਹ ਹੈ ਕਿ ਹੁਣ ਉਹਨਾਂ ਤੋਂ ਤਨਖਾਹਾਂ ਵੀ ਨਹੀਂ ਨਿਕਲ ਰਹੀਆਂ, ਦੱਸ ਰਹੇ ਆ ਕਿ ਤਨਖਾਹਾਂ ਵੀ ਜਿਹੜੇ ਕਰਮਚਾਰੀ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਜੀ। ਤਾਂ ਉਹਦੇ ਚ ਮਤਲਬ ਕਿ ਇਹ ਹੁਣ ਵੇਖਣ ਚ ਆਇਆ, ਦੇਖੋ ਐਗਜੈਕਟ ਫਿਗਰ ਜਿਹੜੇ ਆ ਉਹ ਤਾਂ ਪਤਾ ਨਹੀਂ, ਪਰ ਕੁਛ ਖ਼ਬਰਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਕੋਵਿਡ ਤੋਂ ਬਾਅਦ ਜੋ ਚੜਾਵੇ ਦੀ ਰਕਮ ਹੁੰਦੀ ਹੈ ਉਹਦੇ ਚ ਗਿਰਾਵਟ ਆਈ ਹੈ, ਮਤਲਬ ਕਿ ਚੜਾਵਾ ਪ੍ਰਭਾਵਿਤ ਹੋਇਆ ਸਾਲ 2 ਸਾਲ ਉਹ ਤੋਂ ਬਾਅਦ ਹੀ ਬਜਟ ਜਿਹੜਾ ਹੈ ਨਾ ਉਹ ਗੜਬੜਾਉਣਾ ਸ਼ੁਰੂ ਹੋ ਗਿਆ। ਤੇ ਇੱਕ ਅੰਦਾਜ਼ੇ ਮੁਤਾਬਕ ਜਿਹੜੀ ਮਤਲਬ ਕਿ ਇਸ ਵੇਲੇ ਵਿਦਿਅਕ ਸੰਸਥਾਵਾਂ ਦੀ ਘਾਟੇ ਵਾਲੀ ਰਕਮ ਹੈ ਉਹ ਤਕਰੀਬਨ 60 ਕਰੋੜ ਤੀਕ ਪਹੁੰਚ ਗਈ, ਮਤਲਬ ਕਿ 60 ਕਰੋੜ ਦਾ ਖੱਪਾ ਰਹਿ ਗਿਆ। ਤਾਂ 60 ਕਰੋੜ ਰਕਮ ਬਹੁਤ ਵੱਡੀ ਬਣ ਜਾ, ਉਹਦੇ ਨਾਲ ਕਰਮਚਾਰੀ ਤਾਂ ਪ੍ਰਭਾਵਿਤ ਹੋਣਗੇ ਹੋਣਗੇ। ਇਸ ਕਰਕੇ ਕਹਿੰਦੇ ਆ ਕਿ ਬਹੁਤ, ਵੈਸੇ ਉਹ ਖ਼ਬਰਾਂ ਵੀ ਲੱਗੀਆਂ ਨੇ ਕਿ ਬਹੁਤ ਔਖਾ ਹਾਲਤ ਹੋ ਰਹੀ ਹੈ, ਤੇ ਇਹ ਅਪੀਲ ਵੀ ਕਰ ਰਹੇ ਨੇ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਬਈ ਉਹ ਸਹਿਯੋਗ ਕਰਨ। ਤੋ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਬਈ ਚੜਾਵਾ ਨੀ ਚੜਾਉਣਾ ਚਾਹੀਦਾ ਇਹਨਾਂ ਨੂੰ, ਉਹ ਨਹੀਂ ਹੈ, ਪਰ ਅਸੀਂ ਇਹ ਨੀ ਸੋਚਦੇ ਕਿ ਪ੍ਰਬੰਧ ਕਿਹਦੇ ਨਾਲ ਚੱਲਣੇ ਆ। ਪ੍ਰਬੰਧ ਤਾਂ ਹੁਣ ਮਾਇਆ ਨਾਲ ਹੀ ਚੱਲਣੇ ਆ ਨਾ, ਸੰਗਤ ਦੀ ਮਾਇਆ ਜਿਹੜੀ। ਪਰ ਇਹ ਗੱਲ ਹੁਣ ਇਹਨਾਂ ਨੂੰ ਖੁਦ ਨੂੰ, ਚਲੋ ਇਹ ਤਾਂ ਮੀਡੀਆ ਰਿਪੋਰਟਾਂ ਨੇ ਜਾਂ ਚਰਚਾਵਾਂ ਜਾਂ ਆਪਾਂ ਆਪਦੇ ਪੱਧਰ ਤੇ ਕੋਈ ਮਾੜੀ ਮੋਟੀ ਚੀਜ਼ ਜਿਹੜੀ ਵਿੱਚ ਐਡਨ ਕਰ ਲੈਂਦੇ ਆ, ਬਈ ਇਹਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿ ਤੁਸੀਂ ਉਹ ਜੋ ਸਿੱਖ ਐਜੂਕੇਸ਼ਨ ਬੋਰਡ ਜਾਂ ਸਿੱਖ ਬੈਂਕ ਉਹ ਸਾਰਾ ਕੁਛ ਜਿਹੜਾ ਤੁਸੀਂ ਉਹ ਲੀਕ ਰਹੇ ਹੋ ਉਹਨੂੰ ਇੱਕ ਵਾਰੀ ਬ੍ਰੇਕ ਦੇ ਕੇ ਪਹਿਲਾਂ ਇਹ ਜਿਹੜੇ ਵਿਦਿਅਕ ਸੰਸਥਾ ਨੇ ਇਹਨਾਂ ਵਾਸਤੇ ਤੁਸੀਂ ਸੁਚਾਰੂ ਢੰਗ ਨਾਲ ਕੋਈ ਅਪੀਲ ਕਰੋ ਜਾਂ ਕੋਈ ਮਤਲਬ ਕਿ ਸੰਗਤ ਨੂੰ ਕੁਛ ਕਹੋ, ਸੰਦੇਸ਼ ਦਿਓ, ਕੋਈ ਸੁਨੇਹਾ ਦਿਓ। ਤਾਂ ਮੇਰੇ ਖਿਆਲ ਦੇ ਨਾਲ ਪਹਿਲਾਂ ਇਹ ਬਚਾਉਣੇ ਜ਼ਰੂਰੀ ਆ, ਕਿਉਂਕਿ ਜੇ ਟੀਚਰ ਤੁਹਾਡੇ ਤਨਖਾਹ ਤੋਂ ਵਿਰਵੇ ਰਹਿ ਜਾਣਗੇ, ਵਾਂਝੇ ਰਹਿ ਜਾਣਗੇ ਤਾਂ ਔਖਾ ਹੋ ਜਾਏਗਾ। ਤਾਂ ਇਹ ਹਫ਼ਤੇ ਦੇ ਵਿੱਚ ਮੈਂ ਦੇਖਿਆ ਕਿ 2-3 ਰਿਪੋਰਟਾਂ ਜਿਹੜੀਆਂ ਉਹ ਛਪ ਰਹੀਆਂ, ਕੌਣ ਛਪਵਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਹੈ।
ਕਿਉਂਕਿ ਮੈਂ ਜਿਵੇਂ ਕਿਹਾ ਨਾ ਕਿ ਕੁਛ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹ ਲੱਗਦੀਆਂ ਨੇ ਪਰ ਕੁਛ ਖਬਰਾਂ ਇਉਂ ਵੀ ਲੱਗਦੀਆਂ ਨੇ ਕਿ ਉਹ ਸ਼ਾਇਦ ਮਤਲਬ ਕਿ ਦੁੱਖ ਦਰਦ ਆਪਣਾ ਦੱਸਣ ਵਾਸਤੇ ਲਵਾਈਆਂ ਜਾਂਦੀਆਂ ਤੋ ਸਿੱਧਾ ਆਪਣੇ ਆਪ ਆ ਕੇ ਕਿਹਾ ਵੀ ਨੀ ਜਾਂਦਾ ਤਾਂ ਮੈਂ ਦੋ ਤਿੰਨ ਅਖਬਾਰਾਂ ਚ ਪਿਛਲੇ ਹਫਤੇ ਦੀਆਂ ਦੋ ਤਿੰਨ ਅਖਬਾਰਾਂ ਚ ਦੇਖਿਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਲੱਗੀਆਂ ਨੇ ਕਿ SCPC ਦੇ ਵਿਦਿਅਕ ਸੰਸਥਾਨ ਜਿਹੜੇ ਆ ਉਹ ਥੋੜੇ ਜਿਹੇ ਵਿੱਤੀ ਪੱਖ ਤੋਂ ਬਈ ਕਮਜ਼ੋਰ ਪੈ ਰਹੇ ਨੇ। ਜੀ ਜੀ ਅਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਿਜਲੀ ਦੇ ਬਿੱਲਾਂ ਦੀ। ਗਊ ਸੈਸ ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਐਡਜਸਟ ਕੀਤਾ ਜਾ ਰਿਹਾ ਜੀ। ਹਾਂਜੀ, ਦੇਖੋ ਜਿਹੜਾ ਗਊ ਸੈਸ ਸੀ ਉਹ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਲਾ ਰੱਖਿਆ ਬਿਜਲੀ ਦੇ ਬਿੱਲ ਦੇ ਵਿੱਚ ਵੀ ਉਹ ਲਾਇਆ ਜਾਂਦਾ ਹੈ ਜਾਂ ਮਤਲਬ ਕਿ ਹੋਰ ਵੀ ਜਿੱਦਾਂ ਕੋਈ ਸੀਮੈਂਟ ਦੀ ਬੋਰੀ ਜਾਂ ਇਹਨਾਂ ਚੀਜ਼ਾਂ ਤੇ ਗਊ ਟੈਕਸ ਲੱਗਦਾ ਹੈ ਕੁੱਲ ਮਿਲਾ ਕੇ। ਤਾਂ ਹੁਣ ਇੱਥੇ ਜਿਹੜੀਆਂ ਗਊਸ਼ਾਲਾਵਾਂ ਹੈਗੀਆਂ ਨੇ 28 ਮਾਰਚ 2016 ਨੂੰ 366 ਗਊਸ਼ਾਲਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਜਾਂਦੀ ਹੈ ਜਿਹਨਾਂ ਚੋਂ 296 ਗਊਸ਼ਾਲਾ ਦੇ ਬਕਾਇਆ ਬਿਜਲੀ ਬਿੱਲ ਜਿਹੜੇ ਆ ਉਹ ਹੁਣ ਗਊ ਸੈਸ ਤੋਂ ਐਡਜਸਟ ਕਰ ਦਿੱਤੇ ਗਏ ਨੇ। ਹੁਣ ਆਪਾਂ ਮਤਲਬ ਕਿ ਦੇਖਣ ਵਾਲੀ ਗੱਲ ਇਹ ਹੈ ਨਾ ਕਿ ਇਹ ਬਿੱਲ ਜਿਹੜੇ ਆ ਕਿਉਂਕਿ ਜਿੱਦਾਂ ਹੁਣ ਆਪਾਂ ਲੈ ਲਈਏ ਬਰਨਾਲਾ ਦੀ ਗਊਸ਼ਾਲਾ ਉਹਦਾ 20 ਲੱਖ ਹੈ, ਮੋਹਾਲੀ ਦੀਆਂ ਜਿਹੜੀਆਂ ਗਊਸ਼ਾਲਾ ਉਹਨਾਂ ਦਾ 26 ਲੱਖ ਹੈ, ਪਟਿਆਲਾ ਦੀਆਂ 23 ਗਊਸ਼ਾਲਾ ਦਾ 1 ਕਰੋੜ, ਮਤਲਬ ਕਿ ਤੁਸੀਂ ਹਿਸਾਬ ਲਾ ਲਓ ਆਪਾਂ ਜ਼ਿਆਦਾ ਜ਼ਿਲ੍ਹੇ ਨਹੀਂ ਲੈਂਦੇ, ਵੈਸੇ ਤਾਂ ਸਾਰੀ ਹੈਗੀ ਹੈ ਸੂਚੀ, ਮਤਲਬ ਕਿ ਇਹ ਬਿੱਲ ਲੱਖਾਂ ਕਰੋੜਾਂ ਚ ਨੇ ਜੀ। ਤਾਂ ਹੁਣ ਕੀ ਹੈ ਕਿ ਬਿਜਲੀ ਇਹਨਾਂ ਨੂੰ ਮੁਫ਼ਤ ਜਾਂਦੀ ਹੈ ਇੱਕ ਤਰ੍ਹਾਂ ਨਾਲ, ਵੀ ਉਹ ਐਡਜਸਟਮੈਂਟ ਇਹ ਹੀ ਹੋਣੀ ਆ, ਤਾਂ ਜਿਹੜਾ ਕੋਸਿਸ ਦਾ ਪੈਸਾ ਪਿਆ ਵਾ ਉਹ ਉਹਨਾਂ ਨੇ ਪਾਵਰ ਕੰਪ ਨੂੰ ਦੇ ਦੇਣਾ, ਗੱਲ ਖਤਮ ਜੀ। ਜਿਹੜੇ ਬਿੱਲਾਂ ਦਾ ਬਕਾਇਆ ਤੇ ਇੱਕ ਤਰ੍ਹਾਂ ਨਾਲ ਬਿਜਲੀ ਮੁਫ਼ਤ ਹੈ, ਗਊਸ਼ਾਲਾ ਨੂੰ ਬਿਜਲੀ ਮੁਫ਼ਤ ਕਰ ਦਿੱਤੀ ਤੇ ਕਿਹਾ ਕਿ ਜਿਹੜਾ ਗਊ ਦਾ ਪੈਸਾ ਪਿਆ ਤੁਸੀਂ ਇਸਤੇਮਾਲ ਕਰ ਲਓ, ਬਸ ਤੁਹਾਡਾ ਵੀ ਸਰਜੂ ਤੇ ਉਹਨਾਂ ਨੂੰ ਮੁਫ਼ਤ ਬਿਜਲੀ ਮਿਲੀ ਚੱਲੂ ਤੇ ਪਾਵਰ ਕੰਪ ਨੂੰ ਪੈਸਾ ਮਿਲੀ ਚੱਲੂ। ਪਰ ਮੇਨ ਗੱਲ ਤੇ ਹੈ ਕਿ ਮੋਟਿਵ ਕੀ ਸੀਗਾ ਤੁਹਾਡਾ ਕੋਸਿਸ ਲਾਉਣ ਦਾ, ਮੰਤਵ ਕੀ ਸੀਗਾ? ਮੰਤਵ ਸੀਗਾ ਕਿ ਜੋ ਮਤਲਬ ਕਿ ਅਵਾਰਾ ਪਸ਼ੂ ਜਾਂ ਇੱਦਾਂ ਕਿ ਗਊਆਂ ਦੀ ਸਾਂਭ ਸੰਭਾਲ ਕੀਤੀ ਜਾਵੇ, ਹਾਲਾਂਕਿ ਚਲੋ ਇਹ ਵੀ ਆਏਗਾ ਮਤਲਬ ਕਿ ਆਰਗੂ ਆਏਗਾ ਨਾ ਕਿ ਬਈ ਇਹ ਵੀ ਤਾਂ ਗਊਆਂ ਦੇ ਸਾਂਭ ਸੰਭਾਲ ਵਾਸਤੇ ਹੀ ਆ, ਪਰ ਮੇਨ ਗੱਲ ਇਹ ਆ ਕਿ ਗਊਆਂ ਤਾਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਜੀ ਜੀ ਜੀ, ਭੁੱਖੀਆਂ ਪਾਣੀਆਂ। ਮੰਤਵ ਅਸਲ ਤੇ ਇਹ ਹੋਣਾ ਚਾਹੀਦਾ ਸੀਗਾ ਕਿ ਆਵਾਰਾ ਪਸ਼ੂਆਂ ਨੂੰ ਚੰਗੀ ਸਾਂਭ ਸੰਭਾਲ ਦਿੱਤੀ ਜਾਂਦੀ ਤਾਂ ਕਿ ਉਹਦੇ ਨਾਲ ਫਸਲਾਂ ਵੀ ਬਚਦੀਆਂ, ਐਕਸੀਡੈਂਟਾਂ ਤੋਂ ਵੀ ਕਿਤੇ ਨਾ ਕਿਤੇ ਨਜ਼ਾਤ ਮਿਲਦੀ ਜੀ। ਉਹ ਗੱਲ ਜਿਹੜੀ ਹੈ ਕਿ ਉਹ ਬਸ ਫਿਰ ਰੌਲਾ ਤਾਂ ਉਹੀ ਹੈ ਨਾ ਕਿ ਡੰਗ ਟਪਾਉਣਾ ਹੈ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਲੱਭ ਕੇ ਉਹ ਡੰਗ ਟਪਾਊ ਨੀਤੀ ਹੈ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੰਗ ਟਪਾਊ, ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜੋ ਇਹ ਮਤਲਬ ਕਿ ਪਾਵਰ ਕੌਮ ਸੀ ਉਹਨਾਂ ਨੇ ਕਿਹਾ ਕਿ ਲਿਆਓ ਸਾਡੇ ਬਿੱਲ, ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨੀ, ਗਊ ਸੈਸ ਦਾ ਜਿਹੜਾ ਪੈਸਾ ਪਿਆ ਹੋਵੇ ਇਹਨਾਂ ਨੂੰ ਦੇ ਦਿਓ, ਬਸ ਠੀਕ ਠਾਕ ਆ, ਅਵਾਰਾ ਪਸ਼ੂ ਉੱਥੇ ਰਹਿਣਗੇ, ਗਊਸ਼ਾਲਾਵਾਂ ਚ ਜਿੰਨੇ ਕਹਿੰਦੇ ਉੱਥੇ ਰਹਿਣਗੇ ਜੀ। ਤੇ ਮੈਨੂੰ ਜਾਂਦੇ ਜਾਂਦੇ ਗੱਲ ਕਰੀਏ ਇੱਕ ਹੋਰ ਸਿਆਸੀ ਖਬਰ ਦੀ, ਜਿਹੜੀ ਖਬਰ ਦੀ ਬੜੀ ਚਰਚਾ ਚੱਲ ਪਈ ਹੈ ਤੇ ਹੁਣ ਹੋਰ ਵੀ ਹੋਣੀ ਹੈ। ਸਿੱਧੂ ਤੇ ਮਨਪ੍ਰੀਤ ਬਾਦਲ ਦੀ ਮੁਲਾਕਾਤ ਹੋਈ ਹੈ, ਜੇਲ੍ਹ ਦੇ ਵਿੱਚ ਜਾ ਕੇ ਮਨਪ੍ਰੀਤ ਬਾਦਲ ਸਿੱਧੂ ਨੂੰ ਮਿਲੇ ਨੇ ਤੇ ਕਈ ਅਰਥ ਕੱਢੇ ਜਾ ਰਹੇ ਨੇ ਇਹਨਾਂ ਮੁਲਾਕਾਤਾਂ ਦੇ। ਹਾਂਜੀ, ਉਹ ਨਾ ਇੱਕ ਗਾਣਾ ਹੈ ਨਾ, ਦੋ ਦਿਲ ਮਿਲ ਰਹੇ ਹੈ ਹਾਂਜੀ ਹਾਂਜੀ ਮਗਰ ਚੁੱਪ ਕੇ ਚੁੱਪ ਕੇ ਜੀ ਜੀ। ਸੋ ਗੱਲ ਇਹ ਆ ਕਿ ਇੱਥੇ ਦੋਵੇਂ ਇਸ ਤਰ੍ਹਾਂ ਦੇ ਨੇਤਾ ਸੀਗੇ ਕਿ ਜਿਨ੍ਹਾਂ ਦੀ ਕਾਂਗਰਸ ਚ ਰਹਿੰਦਿਆਂ ਹੀ ਬਈ ਕਦੇ ਬਹੁਤੀ ਜ਼ਿਆਦਾ ਬਣੀ ਨਹੀਂ ਹੈ, ਹਾਲਾਂਕਿ ਵਿਗੜੀ ਵੀ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੈ ਹਾਂਜੀ ਹਾਂਜੀ ਬਿਲਕੁਲ, ਕਿ ਦੋਨਾਂ ਦੀ ਜਨਤਕ ਤੌਰ ਤੇ ਵਿਗੜੀ ਵੀ ਨਹੀਂ ਤੇ ਬਹੁਤੀ ਜ਼ਿਆਦਾ ਮਤਲਬ ਕਿ ਇਹਨਾਂ ਦੀ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਤੁਸੀਂ ਦੇਖਿਆ ਹੋਣਾ ਹੈ, ਆਪਾਂ ਉਹ ਖਬਰਾਂ ਵੀ ਕੀਤੀਆਂ ਨੇ ਉਸ ਟਾਈਮ ਬਹੁਤ ਕੁਛ ਹੋਇਆ ਜਦੋਂ ਚੰਨੀ ਸਾਹਿਬ ਨੂੰ ਇਹਨਾਂ ਨੇ CM ਬਣਾਇਆ, ਉਹਦੇ ਚ ਇਹ ਸਾਫ਼ ਸੀ ਕਿ ਇੱਕ ਮੋਹਰੀ ਭੂਮਿਕਾ ਜਾਂ ਕਹਿ ਲਓ ਕਿ ਬੜੇ ਅਹਿਮ ਸੁਝਾਅ ਜਿਹੜੇ ਉਹ ਮਨਪ੍ਰੀਤ ਸਿੰਘ ਬਾਦਲ ਦੇ ਸਨ। ਤੋ ਦੂਜੇ ਪਾਸੇ ਜੇ ਦੇਖੀਏ ਤਾਂ ਰਾਜਾ ਵੜਿੰਗ ਉਸ ਟਾਈਮ ਸਿੱਧੂ ਦੇ ਪਾਲੇ ਚ ਨਜ਼ਰ ਆਏ ਜੀ, ਪਹਿਲਾਂ ਜਦੋਂ ਅਮਰਿੰਦਰ ਸਿੰਘ ਨੂੰ ਲਾਉਣਾ ਸੀ, ਪਰ ਅੱਜ ਰਾਜਾ ਵੜਿੰਗ ਇੱਕ ਵੱਖਰੇ ਖੇਮੇ ਚ ਨੇ ਤੇ ਮਨਪ੍ਰੀਤ ਸਿੰਘ ਬਾਦਲ ਦੇ ਉਲਟ ਨੇ ਜੀ, ਬਿਲਕੁਲ ਐਲਾਨੀਆਂ। ਔਰ ਤੁਹਾਨੂੰ ਪਤਾ ਬਿਆਨਬਾਜ਼ੀਆਂ ਵੀ ਜਨਤਕ ਤੌਰ ਤੇ ਬਹੁਤ ਹੁੰਦੀਆਂ ਇਹਨਾਂ ਦੋਨਾਂ ਪਰਿਵਾਰਾਂ ਤੇ, ਰਾਜਾ ਵੜਿੰਗ ਔਰ ਜਿਹੜੀ ਮਤਲਬ ਕਿ ਮਨਪ੍ਰੀਤ ਬਾਦਲ ਦੀ ਫੈਮਿਲੀ ਆ ਗਈ।
ਉਹਦੇ ਚ ਸਾਰੇ ਆ ਗਏ, ਰਿਸ਼ਤੇਦਾਰ ਆ ਗਏ ਜਾਂ ਸਮਰਥਕ ਆ ਗਏ, ਤਾਂ ਇਹਨਾਂ ਦਾ ਚੱਲਦਾ ਆਪਸ ਦੇ ਵਿੱਚ, ਯਾਨੀ ਦੋ ਧੜੇ ਆਪਸ ਦੇ ਵਿੱਚ ਖੁੱਲ ਮਖੁੱਲਾ ਚੱਲਦੇ ਨੇ। ਤਾਂ ਹੁਣ ਨਵਜੋਤ ਸਿੰਘ ਸਿੱਧੂ ਨਾਲ ਮਿਲਣੀ ਦੀ ਇਹੀ ਤੇ ਚਰਚਾ ਹੈ ਨਾ ਕਿ ਦੋ ਘੰਟੇ ਗੱਲਾਂ ਬਾਤਾਂ ਮੁਲਾਕਾਤਾਂ ਠਾਠਾਂ ਵਾਟਾਂ ਕੀ ਕੀਤਾ ਹੈ। ਤਾਂ ਆਉਣ ਵਾਲਾ ਸਮਾਂ ਜਿਹੜਾ ਕੀ ਉਹ ਵਿਚਾਰਿਆ ਜਾ ਰਿਹਾ? ਜੀ ਜੀ ਜੀ। ਕਿਉਂ? ਕਿਉਂਕਿ ਗਾਹ ਹੁਣ ਦੇਖੋ 23 ਤੇ ਚੜ ਜਾਣਾ ਹੈ ਨਾ, 23 ਚੜ ਗਿਆ ਤਾਂ ਫਿਰ 24 ਤਾਂ ਆ ਗਿਆ, ਵੱਟ ਤੇ ਹੀ ਪਿਆ, ਵੱਟ ਤੇ ਕੀ ਪਿਆ ਕਿ ਉਹ ਤੇ ਤੁਹਾਡੇ ਹੱਥ ਤੇ ਹੀ ਪਿਆ, ਬਸ ਤੁਸੀਂ ਲੜੋ ਹੁਣ ਇਲੈਕਸ਼ਨ ਲੜੋ। ਤਾਂ ਕੀ ਉਹਦੇ ਵਾਸਤੇ ਵਿਉਂਤਬੰਦੀ ਹੈ ਕੋਈ, ਜਾਂ ਪਿਛਲੇ ਜਿਹੜੇ ਆਪਣੇ ਮਤਲਬ ਕਿ ਕੋਈ ਮਤਭੇਦ ਹੁੰਦੇ ਨੇ ਥੋੜੇ ਬਹੁਤੇ ਹੁੰਦੇ ਨੇ ਪੋਲੀਟੀਸ਼ੀਅਨਸ ਦੇ ਵਿੱਚ, ਕਿ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਇੱਕ ਮਤਲਬ ਕਿ ਸ਼ਿਸ਼ਟਾਚਾਰੀ ਮੁਲਾਕਾਤ ਦੇ ਵਜੋਂ, ਜਾਂ ਇਹ ਆ ਕਿ ਕਿਤੇ ਕੋਈ ਅਲੱਗ ਰਸਤਾ ਤੇ ਤਿਆਰ ਨਹੀਂ ਕੀਤਾ ਜਾ ਰਿਹਾ, ਜਾਂ ਕਿਤੇ ਬੈਕ ਕੋਈ ਵਾਪਸੀ ਤੇ ਨਹੀਂ ਹੋ ਰਹੀ? ਕਈ ਚਰਚਾਵਾਂ ਨੇ ਇਸ ਵੇਲੇ, ਕਈ ਚਰਚਾਵਾਂ ਨੇ, ਪਰ ਉਹ ਚਰਚਾਵਾਂ ਨੇ ਕਿਉਂਕਿ ਤੁਹਾਨੂੰ ਪਤਾ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਮੀਡੀਆ ਤੋਂ ਬਹੁਤ ਦੂਰ ਨੇ, ਮਤਲਬ ਕਿ ਵੈਸੇ ਤਾਂ ਵਿਦੇਸ਼ ਯਾਤਰਾ ਤੇ ਵੀ ਰਹੇ ਨੇ, ਜਦੋਂ ਤੱਕ ਗੱਲ ਉਹ ਖੁੱਲ ਕੇ ਕੋਈ ਕਰਦੇ ਨਹੀਂ ਹੈ। ਪਰ ਮਤਲਬ ਕਿ ਇੱਕ ਗੱਲ ਉਹ ਸਾਫ਼ ਹੈ ਕਿ ਉਹ ਗੱਲ ਕਰਦੇ ਜਾਂ ਨਹੀਂ ਕਰਦੇ, ਉਹ ਤਾਂ ਬਾਅਦ ਦੀ ਗੱਲ ਹੈ। ਬਈ 26 ਜਨਵਰੀ ਨੂੰ ਸਮਝਿਆ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਦਾ ਕੇਸ ਜਿਹੜਾ ਹੈ ਉਹ ਰਿਹਾਈ ਤੇ ਆ ਸਕਦਾ ਹੈ। ਜੀ ਜੀ। ਤਾਂ ਉਸ ਵਾਸਤੇ ਕੋਈ ਯੋਜਨਾਬੰਦੀ ਹੈ, ਜਾਂ ਕਾਂਗਰਸ ਦੇ ਵਿੱਚ ਰਹਿ ਕੇ ਹੀ ਇੱਕ ਬਲਾਕ ਬਣਾ ਕੇ ਚੱਲਣ ਦੀ ਕੋਈ ਵਿਉਂਤਬੰਦੀ ਹੈ? ਮਤਲਬ ਕਿ ਇਸ ਮੁਲਾਕਾਤ ਨੇ ਚਰਚਾਵਾਂ ਖਾਸੀਆਂ ਛੇੜ ਰੱਖੀਆਂ ਨੇ, ਇਹ ਕੋਈ ਸਧਾਰਨ ਮੁਲਾਕਾਤ ਨਹੀਂ ਸਮਝੀ ਜਾਂਦੀ। ਔਰ ਵੈਸੇ ਵੀ ਅੱਗੇ ਤੁਹਾਨੂੰ ਪਤਾ ਹੈ ਕਿ ਪ੍ਰਿਯੰਕਾ ਗਾਂਧੀ ਦਾ ਸੁਨੇਹਾ ਜਿਹੜਾ ਸੀਗਾ ਉਹਦਾ ਇੱਕ ਚਰਚਾ ਸੀ। ਇਹ ਵੀ ਹੋ ਸਕਦਾ ਕਿ ਪ੍ਰਿਯੰਕਾ ਗਾਂਧੀ, ਕਿਉਂਕਿ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੇ ਬਹੁਤ ਨਜ਼ਦੀਕ ਨੇ ਮਨਪ੍ਰੀਤ ਬਾਦਲ, ਕਿ ਕੀ ਸੱਚੀਓ ਕੋਈ ਉਦੇਸ਼ ਆ ਗਿਆ? ਇਹ ਵੀ ਹੋ ਸਕਦਾ। ਸੋ ਚਰਚਾਵਾਂ ਬਹੁਤ ਨੇ, ਚਰਚਾਵਾਂ ਹੀ ਨੇ। ਤੇ ਚਲੋ ਹਾਲ ਦੀ ਘੜੀ ਆਪਾਂ ਵਿਰਾਮ ਲਵਾਉਂਦੇ ਹਾਂ ਇਹਨਾਂ ਚਰਚਾਵਾਂ ਤੇ। ਜੀ ਜੀ ਬਿਲਕੁਲ ਬਿਲਕੁਲ। ਮਿੰਟੂ ਜੀ, ਨਾ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਕਿ ਅਹਿਮ ਖਬਰਾਂ ਨਾਲ, ਕਈ ਅਹਿਮ ਖਬਰਾਂ ਨੂੰ ਲੈ ਕੇ ਮਿੰਟੂ ਗੁਰਸਰਗਾ ਜੀ ਦੇ ਨਾਲ ਹੋਈ ਹੈ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।